ਇੱਕ ਕਾਂਗਰਸੀ ਆਗੂ ਦੇ ਪੁੱਤ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਜਦੋਂ ਇਹ ਆਪਣੇ ਦੋਸਤ ਨੂੰ ਮਿਲਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸ਼ਰੇਆਮ ਉਸ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਵੱਢਿਆ ਗਿਆ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਖਬਰ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਨੌਜਵਾਨ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਜਦੋਂ ਉਹ ਆਪਣੇ ਦੋਸਤ ਨੂੰ ਮਿਲਣ ਦੇ ਲਈ ਜਾ ਰਿਹਾ ਸੀ। ਤਾਂ ਪਿੰਡ ਬਦੀਨਪੁਰ ਦੇ ਕੋਲ ਦੱਸਿਆ ਜਾ ਰਿਹਾ ਕਿ ਪਹਿਲਾਂ ਤਾਂ ਉਸਦਾ ਰਾਹ ਰੋਕਿਆ ਜਾਂਦਾ ਅਤੇ ਫਿਰ ਉਸ ਨੂੰ ਮੌਕੇ ਦੇ ਉੱਤੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਕੇ ਜੋ ਇਹ ਬਦਮਾਸ਼ ਸੀ ਇਹ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜੋ ਮ੍ਰਿਤਕ ਦੇ ਪਿਤਾ ਨੇ, ਕਾਂਗਰਸੀ ਆਗੂ ਨੇ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ ਤਾਂ ਕਿਸੇ ਨੇ ਉਹਨਾਂ ਦੇ ਪੁੱਤ ਦੇ ਨਾਲ ਗੱਲਬਾਤ ਕਰਵਾਈ ਸੀ ਅਤੇ ਉਸ ਸਮੇਂ ਉਸਨੇ ਦੱਸਿਆ ਸੀ ਕਿ ਚਾਰ ਜੋ ਉਸਦੇ ਕੋਲ ਪਹਿਲਾਂ ਇਹ ਨੌਜਵਾਨ ਆਉਂਦੇ ਸੀ ਉਹਨਾਂ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਪਹਿਲਾਂ ਤੋਂ ਹੀ ਉਹਨਾਂ ਦੇ ਬੇਟੇ ਦੇ ਕੋਲ ਆਉਂਦੇ ਜਾਂਦੇ ਸੀ, ਉਸਦੇ ਦਫ਼ਤਰ ਦੇ ਵਿੱਚ ਵੀ ਕਾਫ਼ੀ ਆਉਣਾ ਜਾਣਾ ਸੀ, ਪਰ ਜਦੋਂ ਬੇਟੇ ਨੂੰ ਉਹਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਗਿਆ ਤਾਂ ਫਿਰ ਉਸਨੇ ਉਹਨਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਖੁੰਦਕ ਰੱਖਦੇ ਹੋਏ ਉਹਨਾਂ ਨੇ ਰਾਹ ਦੇ ਵਿੱਚ ਘੇਰ ਕੇ ਉਸਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਉੱਥੇ ਇਸ ਮੌਕੇ 'ਤੇ ਉਹਨਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਮਾਮਲਾ ਮੇਰਾ ਬੇਟਾ ਸੀਗਾ ਜੀ ਤਰਨਜੀਤ ਨੰਨੂ, ਜਿਹਦਾ ਕੱਲ੍ਹ ਵਜ਼ੀਰਪੁਰ ਕਤਲ ਕਰ ਦਿੱਤਾ ਗਿਆ, ਜੋ ਕਿ ਇੱਕ ਸਾਲ ਤੋਂ ਲੁਧਿਆਣੇ ਰਹਿ ਰਿਹਾ ਸੀਗਾ, ਮਾਰਕੀਟ ਦਾ ਕੰਮ ਕਰਦਾ ਸੀ, ਸ਼ੇਅਰ ਮਾਰਕੀਟ ਦਾ। ਉਹ ਕੱਲ੍ਹ ਆਪਣੇ ਦੋਸਤ ਨੂੰ ਵਜ਼ੀਰਪੁਰ ਮਿਲਣ ਗਿਆ ਸੀ, ਜੋ ਕਿ 5:30 ਵਜੇ ਕਰੀਬ ਗਿਆ ਹੈ, ਅਤੇ 6:30 ਵਜੇ ਮੈਨੂੰ ਫੋਨ ਆ ਗਿਆ ਵੀ ਤੁਹਾਡੇ ਬੇਟੇ ਨੂੰ ਵੜਤਾ। ਰੰਜਸ਼ ਕੁਛ ਨਹੀਂ, ਇਹ 2 ਸਾਲ ਪਹਿਲਾਂ ਇਹ ਬੇਟੇ ਦੇ ਕੋਲ ਮੁੰਡੇ ਆਉਣ ਲੱਗ ਗਏ ਸੀ, ਅਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗਲਤ ਹੈ, ਬੇਟੇ ਨੂੰ ਵੀ ਅਹਿਸਾਸ ਹੋਇਆ, ਉਹਨਾਂ ਦਾ ਅਸੀਂ ਆਉਣਾ ਬੰਦ ਕਰਤਾ। ਉਹਦੀ ਇਹ ਰੰਜਿਸ਼ ਕਰਦੇ ਸੀਗੇ ਸਾਡਾ ਇੱਥੇ, ਇਹਨਾਂ ਨੇ ਬੈਠਣਾ ਆਉਣਾ ਬੰਦ ਕਰਤਾ, ਜੋ ਕਿ ਬੇਟਾ ਮੰਡੀ ਗੋਬਿੰਦਗੜ੍ਹ ਸਕਰੈਪ ਦਾ ਕੰਮ ਕਰਦਾ ਸੀ। ਮੈਂ ਇਹਨੂੰ ਕਿਹਾ ਵੀ ਦਫ਼ਤਰ ਦੇ ਵਿੱਚ ਰਹਿਣਾ, ਇਹਨੂੰ ਬਿਠਾਇਆ ਕਰ। ਉਹਦੀ ਖੁਦਗਵਾਜੀ ਕਰਕੇ ਇਹਦੇ ਨਾਲ ਰੰਜਿਸ਼ ਰੱਖਣ ਲੱਗ ਗਏ। ਰੰਜਿਸ਼ ਰੱਖਦੇ ਇੱਕ ਦਿਨ ਪਿੱਛੇ 7-8 ਮਹੀਨੇ ਹੋ ਗਏ, ਇਹਦੀ ਗੱਡੀ ਵੀ ਭੰਨ ਗਈ ਸੀ। ਉਦੋਂ ਮੈਂ ਥਾਣੇ ਗੋਬਿੰਦਗੜ੍ਹ ਕੰਪਲੇਂਟ ਵੀ ਦਿੱਤੀ ਸੀ, ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਹਮਲਾਵਰ ਧੀਰੂ ਬੱਤਾ, ਪ੍ਰਿੰਸ ਬੁੱਲੜ, ਬਾਕਸਰ, ਤਿਤਲੀ, ਇੱਕ ਕੋਈ ਗੱਗੀ ਹੈ, ਜੋ ਕਿ ਮੇਰੇ ਬੇਟੇ ਨੇ ਮੈਨੂੰ ਉਸ ਵਕਤ ਫੋਨ 'ਤੇ ਦੱਸਿਆ। ਜਦੋਂ ਮੇਰੀ ਕਿਸੇ ਨੇ ਗੱਲ ਕਰਾਈ ਹੈ ਨਾ, ਕੋਈ ਰਾਹ ਜਾਂਦੇ ਨੇ ਫੋਨ 'ਤੇ, ਉਹਨੇ ਮੇਰੇ ਬੇਟੇ ਨੇ ਨੰਬਰ ਦਿੱਤਾ ਉਹਨੂੰ ਵੀ ਆਹ ਮੇਰੇ ਡੈਡੀ ਦਾ ਨੰਬਰ ਹੈ। ਫਿਰ ਉਹਨੇ ਮੈਨੂੰ ਦੱਸਿਆ, ਕਹਿੰਦਾ ਡੈਡੀ ਮੈਨੂੰ ਵੱਢ ਕੇ ਕਹਿੰਦਾ ਧੀਰੂ ਨੂੰ ਅਚਾਰਾਂ ਦੇ ਉਹਨੇ ਨਾਂ ਲਏ ਨੇ। ਮੰਗ ਕੀ ਆ? ਮੰਗ ਪ੍ਰਸ਼ਾਸਨ ਤੋਂ ਇਹੀ ਹੈ ਵੀ ਗੈਂਗਸਟਰਵਾਦ ਸਾਡੇ ਨਾਲ ਤਾਂ ਹੋਊਗੀ ਜੋ ਹੋਊਗੀ, ਜਿਹੜੇ ਹੋਰ ਬੱਚੇ ਨੇ ਜਾਂ ਹੋਰ ਮਾਂ ਬਾਪ ਨੇ ਜਾਂ ਹੋਰ ਬੇਟੀਆਂ ਨੇ ਜਾਂ ਹੋਰ ਵਾਈਫ ਨੇ, ਉਹਨਾਂ ਨਾਲ ਇਹੋ ਜਿਹਾ ਕੁਛ ਨਾ ਹੋਵੇ। ਮੇਰੀ ਪੋਤੀ 12 ਸਾਲ ਦੀ ਹੈ, ਬਹੂ ਹੈ ਜਿਹੜੀ, ਇਹਦੀ ਤਰਜੀਤ ਦੀ ਵਾਈਫ ਸਾਰੀ 33-34 ਸਾਲ ਦੀ ਹੈ, ਉਹਦੀ ਜ਼ਿੰਦਗੀ ਖਰਾਬ ਹੋ ਗਈ, ਬੇਟੀ ਦੀ ਜ਼ਿੰਦਗੀ ਖਰਾਬ ਹੋ ਗਈ, ਪੋਤੀ ਦੀ, ਮੇਰੀ ਆਪਣੀ ਹੋ ਗਈ, ਮੇਰੀ 57 ਸਾਲ ਦੀ ਉਮਰ ਹੈ, ਹੈ ਮੇਰਾ ਤਾਂ ਸਾਰਾ ਘਰ ਹੀ ਉੱਜੜ ਗਿਆ। ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਜੋ ਮੇਰੇ ਨਾਲ ਮੇਰੇ ਬੇਟੇ ਨਾਲ ਹੋਇਆ ਉਹ ਇਹਨਾਂ ਦੇ ਨਾਲ ਹੋਣਾ ਚਾਹੀਦਾ, ਇਹਨਾਂ ਨਾਲ ਫੜ ਕੇ ਉਹੀ ਸਲੂਕ ਕੀਤਾ ਜਾਵੇ, ਜੋ ਕਿ ਇਹਨਾਂ ਦੇ ਕਹਿੰਦੇ ਨੇ ਵੀ ਇੰਨੇ ਪਰਚੇ ਹੈ। ਪਰਚੇ ਕਿਉਂ ਨੇ? ਜੇ ਸਰਕਾਰਾਂ ਜਾਂ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਤਾਂ ਉਹਨਾਂ ਦੇ ਪਰਚੇ ਨੇ, ਫੜਦੇ ਨੇ, 1 ਮਹੀਨੇ ਬਾਅਦ ਜਮਾਨਤਾਂ ਹੋ ਜਾਂਦੀਆਂ ਨੇ, ਛੱਡ ਦਿੰਦੇ ਨੇ। ਜੇ ਇਹਨਾਂ ਨੂੰ ਕੋਈ ਚੰਗੀ ਤਰ੍ਹਾਂ ਠੱਲ ਪਾਈ ਜਾਵੇ ਤਾਂ ਫਿਰ ਮੁੜ ਕੇ ਕੀ ਕਰਨਗੇ? ਇਹ ਮਾਵਾਂ ਦੇ ਪੁੱਤ ਮਾਰਦੇ ਫਿਰਦੇ ਨੇ, 25-25 ਸਾਲ, 30-30 ਸਾਲ, 35-35 ਸਾਲ ਬੱਚਿਆਂ ਨੂੰ ਪਾਲਦੇ ਹੈ, ਹੈ ਅਤੇ ਉਸ ਤੋਂ ਬਾਅਦ ਕੋਈ ਆਉਂਦਾ ਦੁੱਕੀ ਦਾ ਬੰਦਾ ਨਹੀਂ ਹੁੰਦਾ, ਆ ਕੇ ਜਵਾਨ ਬੱਚਾ ਨੂੰ ਪੁੱਤਰਾਂ ਨੂੰ ਮਾਰ ਕੇ ਚਲਾ ਜਾਂਦਾ ਬੱਚਿਆਂ ਨੂੰ। ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ, ਜਿੱਦਣ ਦੀ ਇਹ ਸਰਕਾਰ ਬਣੀ ਹੈ ਇੰਨਾ ਗੈਂਗਸਟਰਵਾਦ ਫੈਲ ਗਿਆ, ਜਿੱਥੇ ਮਰਜ਼ੀ ਦੇਖੋ ਰੋਜ਼ ਕਤਲ ਹੋ ਰਹੇ ਨੇ। ਆ ਸਾਡੇ ਮੰਡੀ ਦੇ ਵਿੱਚ ਉੱਧਰ ਕੋਟਲੇ ਹੋ ਗਿਆ, ਆ ਹੁਣ ਅੱਜ ਮੇਰੇ ਬੇਟੇ ਦਾ ਹੋ ਗਿਆ, ਜੋ ਕਿ ਕੋਈ ਕਸੂਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੈਂ ਤਾਂ ਪ੍ਰਸ਼ਾਸਨ ਨੂੰ ਚਾਹੁੰਦਾ ਕਿ ਪ੍ਰਸ਼ਾਸਨ ਇਹਦੇ 'ਤੇ ਕਾਰਵਾਈ ਕਰੇ।
ਡਟ ਕੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਤਾਂ ਇਹੀ ਦੱਸ ਰਹੇ ਹਾਂ ਜੀ, ਜਿਹੜੀ ਭਗਤ ਦੀ ਸਰਕਾਰ ਹੈ ਪੰਜਾਬ ਦੀ, ਇਹ ਹਰ ਫਰੰਟ 'ਤੇ ਫੇਲ ਹੋ ਚੁੱਕੀ। ਅੱਤਵਾਦ ਵੱਧਦਾ ਜਾ ਰਿਹਾ, ਗੈਂਗਸਟਰਵਾਦ ਵੱਧਦਾ ਜਾ ਰਿਹਾ। ਅੱਜ ਜਿਹੜੇ ਆਮ ਲੋਕ ਹੈ ਉਹਨਾਂ ਦੀ ਜ਼ਿੰਦਗੀ ਖਤਰੇ 'ਚ ਪੈ ਰਹੀ ਹੈ। ਆ ਨੌਜਵਾਨ ਦੋ ਬੱਚੇ ਇਸ ਦੁਨੀਆ 'ਚ ਚਲੇ ਗਏ ਹੈ, ਇਹ ਗੈਂਗਸਟਰਵਾਦ ਦੇ ਕਾਰਨ ਗਏ ਹੈ। ਸਰਕਾਰ ਨਿਕੰਮਾ ਬਣਾਉਣ ਕਰਕੇ, ਸਰਕਾਰ ਦੀ ਅਣਦੇਖੀ ਕਰਕੇ, ਸਰਕਾਰ ਦੇਖ ਨਹੀਂ ਰਹੀ, ਜਿਸ ਕਰਕੇ ਗੈਂਗਸਟਰਵਾਦ ਵੱਧਦਾ ਜਾ ਰਿਹਾ। ਅੱਜ ਗੈਂਗਸਟਰਵਾਦ ਕਰਕੇ ਹੀ ਤਾਂ ਅੱਜ ਪੰਜਾਬ ਦੇ ਲੋਕ ਦੁਖੀ ਹੋ ਕੇ ਪੰਜਾਬ ਨੂੰ ਛੱਡ ਕੇ ਜਾ ਰਹੇ। ਸਰਕਾਰ ਨਸ਼ਾ ਨਹੀਂ ਬੰਦ ਕਰ ਸਕੀ, ਗੈਂਗਸਟਰਵਾਦ ਨਹੀਂ ਬੰਦ ਕਰ ਸਕੀ, ਸਰਕਾਰ ਦੀਆਂ ਲੁੱਟਾਂ ਖੋਹਾਂ ਨਹੀਂ ਬੰਦ ਹੋ ਗਈਆਂ। ਅੱਜ ਪੰਜਾਬ ਦੇ ਲੋਕ ਮਜਬੂਰ ਹੋ ਕੇ ਅੱਜ ਪੰਜਾਬ ਨੂੰ ਛੱਡਣ ਨੂੰ ਮਜਬੂਰ ਬੈਠੇ ਹਾਂ। ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ, ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੰਗ ਕਰਦਾ ਸਰਕਾਰ ਪਾਸੋਂ ਵੀ ਇੱਥੇ ਗੈਂਗਸਟਰਵਾਦ ਬੰਦ ਕੀਤਾ ਜਾਵੇ, ਜਿਹੜਾ ਇੱਥੇ ਨਸ਼ਾ ਇਹਨੂੰ ਨੱਥ ਪਾਈ ਜਾਵੇ।